ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰਵਿੰਦ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਫੋਰ ਜੁਆਇਨਿੰਗ ਅਸ। ਆਰਾਮ ਨਾਲ ਬੈਠ ਜਾਓ, ਬੜੀ ਜ਼ਰੂਰੀ ਗੱਲਾਂ ਕਰਨੀਆਂ ਨੇ। ਆਈ ਨੋ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਸੀਂ ਬੜੀ ਜ਼ਰੂਰੀ ਗੱਲਾਂ ਕਰਦੇ ਹਾਂ ਇੱਥੇ, ਐਂਡ ਥੈਂਕ ਯੂ ਸੋ ਮੱਚ। ਸ਼ਾਇਦ ਮੈਨੂੰ ਇੰਨਾ ਮੌਕਾ ਨਹੀਂ ਮਿਲਦਾ ਗ੍ਰੇਟਫੁਲ ਹੋਣ ਦਾ, ਇਹ ਕਹਿਣ ਦਾ, ਹੈ ਇਸ ਚੀਜ਼ ਨੂੰ ਐਕਸਪ੍ਰੈਸ ਕਰਨ ਦਾ, ਇਜ਼ਹਾਰ ਕਰਨ ਦਾ ਕਿ ਥੈਂਕ ਯੂ ਕਿ ਤੁਸੀਂ ਇਹ ਘੰਟਾ ਕੱਢ ਕੇ ਇੱਕ ਸਾਈਨ ਕੀਤਾ ਹੋਇਆ ਕਿ ਹਾਂ ਕਿਸੇ ਨੂੰ ਲੋੜ ਹੈ ਕੋਈ ਡਿਸਕਸ਼ਨ ਦੀ, ਕਿਸੇ ਨੂੰ ਸਿਚੁਏਸ਼ਨ ਦੀ, ਅਤੇ ਅਸੀਂ ਉਸ ਦੇ ਵਿੱਚ ਇਹ ਲਗਾਇਆ ਹੋਇਆ। ਸੋ ਇਟਸ ਅ ਗ੍ਰੇਟ ਸਰਵਿਸ ਯੂ ਆਲ ਆਰ ਡੂਇੰਗ। ਕਈ ਚੀਜ਼ਾਂ ਅਸੀਂ ਕਈ ਵਾਰੀ ਲੱਗਦਾ ਕਿ ਗਰੁੱਪਸ ਵਿੱਚ ਹੋਰ ਡਿਸਕਸ਼ਨਸ ਹੋਣ, ਯੂ ਨੋ, ਉਸ ਦਿਨ ਮੈਨੂੰ ਕੋਈ ਇੰਟਰਵਿਊ ਕਰ ਰਿਹਾ ਸੀ ਅਤੇ ਕਹਿੰਦੇ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਕੀ ਕਰਦੇ ਹੋ, ਐਂਡ ਆਈ ਰਿਅਲਾਈਜ਼ ਕਿ ਅਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ, ਅਸੀਂ ਹਰ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ ਇੱਥੇ। ਕੋਸ਼ਿਸ਼ ਕਰਦੇ ਹਾਂ ਕਿ ਉੱਪਰ ਉੱਠੀਏ, ਗਰੁੱਪ ਕੌਨਸ਼ੀਅਸਨੈਸ ਨੂੰ ਐਲੀਵੇਟ ਕਰੀਏ, ਉੱਚਾ ਚੁੱਕੀਏ, ਮਤਲਬ ਛੋਟੀਆਂ ਗੱਲਾਂ 'ਚੋਂ ਨਿਕਲੀਏ। ਪਰ ਅਹਿਸਾਸ ਇਹ ਵੀ ਹੁੰਦਾ ਕਿ ਛੋਟੀਆਂ ਗੱਲਾਂ ਜਦ ਤੱਕ ਅਸੀਂ ਇਗਨੋਰ ਨਹੀਂ ਕਰ ਸਕਦੇ, ਜਦ ਤੱਕ ਉਹ ਗੱਲਾਂ ਸਟੈਪ ਵਾਈਜ਼ ਸੋਲਵ ਨਹੀਂ ਹੋਈਆਂ ਹੋਈਆਂ, ਉਹਦੇ ਵਿੱਚ ਅਸੀਂ ਕੰਫਰਟੇਬਲ ਨਹੀਂ ਹੈ, ਉੱਥੇ ਕੰਟੈਂਟਮੈਂਟ ਨਹੀਂ ਹੈ, ਲਾਈਕ ਯੂ ਨੋ, ਤਸੱਲੀ ਨਹੀਂ ਹੈ ਇੱਕ, ਤਾਂ ਤੱਕ ਅਸੀਂ ਉੱਪਰ ਨਹੀਂ ਜਾ ਸਕਦੇ, ਤਾਂ ਤੱਕ ਅਸੀਂ ਹੋਰ ਆਪਣੀ ਫੈਮਿਲੀ ਨੂੰ ਵਧਾਉਣ ਦੀ ਗੱਲ ਨਹੀਂ ਕਰ ਸਕਦੇ ਕਿ ਹਾਂਜੀ ਕਮਿਊਨਿਟੀ ਸਾਡੀ ਫੈਮਿਲੀ ਹੈ, ਦੇਸ਼ ਸਾਡੀ ਫੈਮਿਲੀ ਹੈ, ਵਰਲਡ ਸਾਡੀ ਫੈਮਿਲੀ ਹੈ, ਜਦ ਤੱਕ ਸਾਡੀ ਜਿਹੜੀ ਨਿਊਕਲੀਅਰ ਫੈਮਿਲੀਜ਼ ਹੈਗੀਆਂ, ਐਕਸਟੈਂਡਡ ਫੈਮਿਲੀਜ਼ ਹੈ, ਉਹਦੇ ਵਿੱਚ ਅਗਰ ਕੜਵਾਹਟ ਹੈ ਜਾਂ ਅਸੀਂ ਕੰਫਰਟੇਬਲ ਨਹੀਂ ਹਾਂ, ਤਾਂ ਬਹੁਤ ਵਾਰੀ ਹੈ ਕਿ ਅਸੀਂ ਉਹ ਹੋਰ ਕੁਝ ਸੋਚ ਨਹੀਂ ਪਾਉਂਦੇ। ਆਈ ਮੀਨ ਅਫਕੋਰਸ ਕਈ ਹੈ ਹੋਣਗੇ ਜਿਹੜੇ ਕਿ ਉਹਨੂੰ ਇਗਨੋਰ ਕਰਕੇ ਹੋਰ ਚੀਜ਼ਾਂ ਕਰ ਸਕਦੇ ਨੇ, ਪਰ ਬਹੁਤ ਵਾਰੀ ਇਹ ਸਾਰੀਆਂ ਸਾਨੂੰ ਲਿਮਿਟ ਕਰਦੀਆਂ ਚੀਜ਼ਾਂ। ਅਗਰ ਉਹ ਚੀਜ਼ ਸੋਲਵ ਨਹੀਂ ਹੋਈਆਂ ਹੋਈਆਂ ਤਾਂ ਦੇ ਲਿਮਿਟ ਅਸ, ਦੇ ਰਿਸਟ੍ਰਿਕਟ ਅਸ। ਸੋ ਬਿਕੋਜ਼ ਅਸੀਂ ਕੰਜ਼ਿਊਮ ਹੋਏ ਰਹਿੰਦੇ ਹਾਂ, ਅਸੀਂ ਉਸ ਚੀਜ਼ ਬਾਰੇ ਸੋਚਦੇ ਰਹਿੰਦੇ ਹਾਂ, ਉੱਥੇ ਸਾਡਾ ਸਾਰਾ ਧਿਆਨ ਜਾਂਦਾ, ਸਾਡੀ ਅਟੈਨਸ਼ਨ ਸਾਰੀ ਉਹਦੇ 'ਚ ਜਾਂਦੀ ਹੈ, ਅਤੇ ਇਸ ਪਿੱਛੇ ਅਸੀਂ ਕਹਿ ਸਕਦੇ ਹਾਂ ਕਿ ਉਹ ਚੀਜ਼ਾਂ ਬੜੀਆਂ ਜ਼ਰੂਰੀ ਹੈ, ਕਿਉਂਕਿ ਦੇਰ ਇਜ਼ ਸੋ ਮੱਚ ਮੋਰ ਟੂ ਡੂ, ਹੋਰ ਕਿੰਨਿਆਂ ਨੂੰ ਅਸੀਂ ਆਪਣਾ ਬਣਾਉਣ ਦੀ ਲੋੜ ਹੈ। ਸੋ ਜਿਹੜੇ ਇਮੀਡੀਏਟ ਰਿਸ਼ਤੇ ਹੈਗੇ ਆ ਉਹਨਾਂ ਨੂੰ ਸੋਲਵ ਕਰਨਾ ਬਹੁਤ ਜ਼ਰੂਰੀ ਹੈ। ਅੱਜ ਖਾਸ ਤੌਰ 'ਤੇ ਗੱਲ ਹੋ ਤਾਂ ਇਸ ਚੀਜ਼ ਬਾਰੇ ਹੋ ਰਹੀ ਹੈ ਕਿ ਕੁਛ ਦੇਰ ਤੋਂ ਮੇਰੇ ਕੋਲ ਕੁਛ ਈਮੇਲਸ, ਕੁਛ ਕੱਲ੍ਹ ਦੇ ਸ਼ੋਅ ਤੋਂ ਬਾਅਦ ਵੀ ਕਾਲਸ ਆਈਆਂ, ਮੈਸੇਜਿਸ ਆਏ, ਜਿਹਦੇ 'ਚ ਇਹ ਲੱਗ ਰਿਹਾ ਕਿ ਲੇਡੀਜ਼ ਕੰਪਲੇਨ ਕਰ ਰਹੀਆਂ ਸੀ ਕਿ ਇਨਲੋਜ਼ ਨਾਲ ਰਿਸ਼ਤਾ ਨਹੀਂ ਵਧੀਆ, ਕਿਉਂ ਨਹੀਂ ਵਧੀਆ, ਕੀ ਹੋਇਆ, ਜ਼ਿਆਦਾਤਰ ਉਹਨਾਂ ਨੂੰ ਕਸੂਰਵਾਰ ਜਿਹੜਾ ਹੈ ਉਹ ਆਪਣੇ ਹਸਬੈਂਡ ਲੱਗ ਰਿਹਾ, ਕਿ ਬੈਲੈਂਸਿੰਗ ਐਕਟ ਨਹੀਂ ਹੈ। ਸੋ ਅੱਜ ਖਾਸ ਤੌਰ 'ਤੇ ਅਸੀਂ ਸਾਰਿਆਂ ਨੂੰ ਇਹ ਸਵਾਲ ਪੁੱਛ ਰਹੇ ਹਾਂ ਕਿ ਕੀ ਤੁਹਾਨੂੰ ਲੱਗਦਾ ਕਿ ਕੀ ਰੋਲ ਹੈ ਬੰਦੇ ਦਾ ਆਪਣੀ ਵਾਈਫ ਔਰ ਇਨਲੋਜ਼ ਦਾ ਰਿਲੇਸ਼ਨਸ਼ਿਪ ਬਣਾਉਣ ਨੂੰ। ਐਂਡ ਦੂਜੇ ਪਾਸੇ ਅੱਜ ਕੱਲ੍ਹ ਖਾਸ ਤੌਰ 'ਤੇ ਕਿਉਂਕਿ ਬੜੀ ਵਾਰੀ ਕੁੜੀਆਂ ਦੇ ਘਰ ਵੀ ਯੂ ਨੋ ਇਨ ਪੇਰੈਂਟਸ ਰਹਿ ਰਹੇ ਨੇ, ਸੋ ਪੇਰੈਂਟ ਜਿਸ ਤਰ੍ਹਾਂ ਸਾਡਾ ਕੱਲ੍ਹ ਕੇਸ ਸੀਗਾ, ਪੇਰੈਂਟਸ ਐਂਡ ਸਨ ਇਨ ਲੋਅ ਦਾ ਰਿਲੇਸ਼ਨਸ਼ਿਪ ਵੀ ਇੱਕ ਅੱਛਾ ਚਾਹੀਦਾ, ਜਿਹੜਾ ਕਿ ਸ਼ਾਇਦ ਪਹਿਲੇ ਕਿਸੇ ਜ਼ਮਾਨੇ ਦੇ ਵਿੱਚ ਇੱਕ ਗਰੰਟੀਡ ਟੇਕਨ ਫੋਰ ਗ੍ਰਾਂਟਿਡ ਸੀਗਾ ਕਿ ਉਹ ਤਾਂ ਅੱਛਾ ਹੀ ਹੁੰਦਾ। ਮੋਸਟ ਆਫ ਦ ਟਾਈਮਸ ਇੰਡੀਅਨ ਕਲਚਰ ਖਾਸ ਤੌਰ 'ਤੇ ਕਹਿੰਦੇ ਸੀ ਕਿ ਹਾਂਜੀ ਜਵਾਈਆਂ ਦਾ ਤਾਂ ਨਾ ਮਤਲਬ ਸਿਰ 'ਤੇ ਚੁੱਕ ਲਓ, ਔਰ ਜਵਾਈਆਂ ਦੀ ਜਿਹੜੀ ਸੱਸ ਹੈ ਉਹ ਮਤਲਬ ਬੈਸਟ ਮਦਰ ਇਨ ਲੋਅ ਹੈ, ਇੰਡੀਅਨ ਮਦਰ ਇਨ ਲੋਅ ਇਜ਼ ਦ ਬੈਸਟ ਮਦਰ ਇਨ ਲੋਅ ਫੋਰ ਅ ਮੈਨ। ਸੋ ਇਹ ਸਾਰੀਆਂ ਚੀਜ਼ਾਂ ਬਣੀਆਂ ਹੋਈਆਂ ਸੀ, ਪਰ ਕਿਉਂਕਿ ਸਿਨੇਰੀਓ ਬਦਲਿਆ ਹੋਇਆ, ਦੋਨੋਂ ਇੱਕ ਯੂ ਨੋ ਇੱਕੋ ਜਗ੍ਹਾ 'ਤੇ ਖੜ੍ਹੇ ਹੈ ਕੁੜੀ ਮੁੰਡਾ, ਸੋ ਜੋ ਵੀ ਅਵੇਲੇਬਲ ਹੁੰਦਾ, ਜੋ ਵੀ ਸਪੋਰਟ ਕਰ ਸਕਦਾ, ਉਹਦੇ ਨਾਲ ਰਿਸ਼ਤਾ ਜ਼ਿਆਦਾ ਨਿਭਾਉਣਾ ਪੈਂਦਾ। ਔਰ ਜਦੋਂ ਪ੍ਰੋਕਸੀਮਿਟੀ ਹੋਏਗੀ ਫਿਜ਼ੀਕਲ, ਤੁਸੀਂ ਇਕੱਠੇ ਰਹਿ ਰਹੇ ਹੋ ਤਾਂ ਇਸ਼ੂਜ਼ ਵੀ ਜ਼ਿਆਦਾ ਹੋਣਗੇ। ਸੋ ਹੁਣ ਅੱਜ ਦਾ ਸਵਾਲ ਮੈਂ ਫਿਰ ਦੁਬਾਰਾ ਕਲੀਅਰ ਕਰਦੀ ਹਾਂ ਕਿ ਤੁਸੀਂ ਜ਼ਰੂਰ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ, ਜਿਹੜਾ ਵੀ ਹੈ ਭਾਵੇਂ ਉਹ ਮੁੰਡਾ ਹੈ ਭਾਵੇਂ ਕੁੜੀ ਹੈ, ਉਹਦਾ ਜਿਹੜਾ ਲਿੰਕ ਹੈ ਬਿਟਵੀਨ, ਉਹਦਾ ਕੀ ਰੋਲ ਹੈ ਟੂ ਬੈਟਰ ਦ ਰਿਲੇਸ਼ਨਸ਼ਿਪ ਬਿਟਵੀਨ ਅ ਵਾਈਫ ਐਂਡ ਹਰ ਇਨ ਲੋਸ ਔਰ ਅ ਹਸਬੈਂਡ ਐਂਡ ਹਿਜ਼ ਇਨ ਲੋਸ, ਉਹਦਾ ਲਿੰਕ ਦਾ ਜਿਹੜਾ ਜੋ ਲਿੰਕ ਹੈ ਵਿੱਚ ਉਹਦਾ ਕੀ ਰੋਲ ਹੈ, ਕੋਈ ਰੋਲ ਹੈ ਜਾਂ ਨਹੀਂ ਹੈ, ਕੀ ਕਹਿੰਦੇ ਉਹਨੂੰ, ਕਿਉਂਕਿ ਬੜੀ ਵਾਰੀ ਅਸੀਂ ਉਹਨਾਂ ਨੂੰ ਵਿਕਟਮ ਵਾਕਣ ਵੀ ਦੇਖਦੇ ਹਾਂ ਕਿ ਫਸੇ ਹੋਏ ਹੈ, ਯਾਰ ਆਈ ਮੀਨ ਯੂ ਆਰ ਫੈਮਿਲੀਅਰ ਵਿਦ ਦਿਸ ਵਰਡ, ਕਿ ਅਸੀਂ ਇਸ ਸ਼ੋਅ 'ਤੇ ਵੀ ਕਈ ਕੇਸਿਸ ਕੀਤੇ ਜਿਹਦੇ 'ਚ ਲੱਗਦੇ ਕਿ ਹਾਏ ਮੁੰਡਾ ਬੜਾ ਫਸਿਆ ਹੋਇਆ, ਯੂ ਨੋ ਕੁੜੀ ਬੜੀ ਫਸੀ ਹੋਈ ਹੈ, ਦੋਨਾਂ ਦੇ ਵਿੱਚ ਫਸੀ, ਪਰ ਕੀ ਉਹਨਾਂ ਦੀ ਕੰਟਰੀਬਿਊਸ਼ਨ ਵੀ ਹੈ, ਕੀ ਉਹਨਾਂ ਦਾ ਰੋਲ ਵੀ ਹੈਗਾ, ਕੁਛ ਰੋਲ ਹੈਗਾ ਅਤੇ ਕੀ ਹੈ। ਇਹ ਬੜੀ ਅੱਛੀ ਡਿਸਕਸ਼ਨ ਹੈ ਮੈਨੂੰ ਲੱਗਦਾ, ਕਿਉਂਕਿ ਜਿਹੜੇ ਕਿ ਪ੍ਰਸਪੈਕਟਿਵ ਅਸੀਂ ਹਮੇਸ਼ਾ ਕਹਿੰਦੇ ਹਾਂ ਟੂ ਗੈਟ ਪ੍ਰਪੇਅਰਡ ਫੋਰ ਮੈਰਿਜ ਵੀ ਬੜਾ ਇੰਪੋਰਟੈਂਟ ਹੈ।
ਸੋ ਉਹਨਾਂ ਵਾਸਤੇ ਵੀ ਬਹੁਤ ਅੱਛਾ ਹੈ ਜਿਹੜੇ ਯੰਗ ਕਪਲਸ ਹੈਗੇ ਆ ਜਿਹੜੇ ਹਾਲੇ ਥੋੜ੍ਹੇ ਜਿਹੇ ਮੈਨੇਜ ਕਰਨ ਨੂੰ ਸਿੱਖ ਰਹੇ ਨੇ, ਯੂ ਨੋ ਦੇ ਆਰ ਇਨ ਦਾ ਟ੍ਰੇਨਿੰਗ ਪੀਰੀਅਡ ਵੀ ਵੁੱਡ ਸੇ, ਕੱਚੇ ਕੁਆਰੇ ਨੇ ਜਾਂ ਫਿਰ ਯੂ ਨੋ ਯੰਗ ਮੈਰਿਡ ਨੇ, ਲਾਈਕ ਯੂ ਨੋ ਦੇ ਆਰ ਰੀਸੈਂਟਲੀ ਮੈਰਿਡ ਔਰ ਵਿਦਇਨ 2 ਈਅਰਸ ਆਫ ਮੈਰਿਜ, ਜਿਹੜਾ ਅਸੀਂ ਟੀਦਿੰਗ ਪ੍ਰੋਬਲਮਸ ਆਫ ਮੈਰਿਜ ਕਹਿੰਦੇ ਹਾਂ ਉਹਦੇ ਵਿੱਚ ਹੈਗੇ ਹੈ. ਸੋ ਉਹਨਾਂ ਨੂੰ ਵੀ ਬੜਾ ਫਾਇਦਾ ਹੈ ਕਿ ਹਾਊ ਡੂ ਯੂ ਨੋ ਬੈਲੈਂਸ ਦਿਸ ਰਿਲੇਸ਼ਨਸ਼ਿਪ, ਕਿ ਬੜਾ ਇੱਕ ਤਰ੍ਹਾਂ ਨਾਲ ਮੁਸ਼ਕਿਲ ਕਹਿ ਸਕਦੇ ਹਾਂ ਜਾਂ ਕਹਿ ਸਕਦੇ ਹਾਂ ਇੰਟਰਸਟਿੰਗ ਹੈਗਾ, ਕਿਉਂਕਿ ਜਿਹੜਾ ਲਿੰਕ ਹੈਗਾ ਉਹਨੇ ਹੀ ਉਹਦੇ ਕਰਕੇ ਇਨ ਲੋਜ਼ ਵਰਡ ਆਇਆ ਕਿ ਦੂਸਰੇ ਬੰਦੇ ਦੇ ਰਿਲੇਸ਼ਨਸ਼ਿਪ 'ਚ ਕਿ ਮਦਰ ਇਨ ਲੋ, ਫਾਦਰ ਇਨ ਲੋ, ਸਿਸਟਰ ਇਨ ਲੋ, ਸੋ ਇਹ ਉਹਨਾਂ ਦੀ ਲਿੰਕ ਕਰਕੇ ਹੋਇਆ. ਬਟ ਉਹਨਾਂ ਦਾ ਰੋਲ ਕੀ ਹੈ, ਉਹਨਾਂ ਦੀ ਕੰਟਰੀਬਿਊਸ਼ਨ ਕੀ ਹੈ, ਕੀ ਉਹ ਕਰ ਸਕਦੇ ਹਨ ਟੂ ਮਤਲਬ ਅੱਛਾ ਰਿਲੇਸ਼ਨਸ਼ਿਪ ਬਣਨਾ, ਔਰ ਕੀ ਉਹ ਕਰ ਜਾਂਦੇ ਹੈ ਕਈ ਵਾਰੀ ਜਿਹਦੇ ਕਰਕੇ ਪ੍ਰੋਬਲਮਸ ਹੋ ਸਕਦੀਆਂ ਨੇ, ਔਰ ਕੀ ਉਹਨਾਂ ਨੂੰ ਕਰਨਾ ਚਾਹੀਦਾ. ਸੋ ਅਰਾਊਂਡ ਦੈਟ ਪਲੀਜ਼ ਜ਼ਰੂਰ ਕਾਲ ਕਰੋ ਕਿ ਕੀ ਰੋਲ ਹੈ, ਕੀ ਕੰਟਰੀਬਿਊਸ਼ਨ ਹੈ. ਮੈਂ ਤੁਹਾਡਾ ਵੇਟ ਕਰ ਰਹੀ ਹਾਂ, ਜ਼ਰੂਰ ਕਾਲ ਕਰੋ, ਦੱਸੋ ਕਿ ਆਫਟਰ ਆਲ ਇੱਕ ਬੈਲੈਂਸਿੰਗ ਐਕਟ ਵਾਸਤੇ ਜਿਹੜਾ ਰੋਲ ਹੈ ਉਹ ਕੀ ਹੈ, ਕਿਉਂਕਿ ਬੜੀ ਵਾਰੀ ਅਸੀਂ ਲੇਡੀ 'ਤੇ ਕਿ ਨਹੀਂ ਉਹਨੂੰ ਤਾਂ ਇਹ ਚੀਜ਼ ਪਤਾ ਹੀ ਹੋਣਾ ਚਾਹੀਦਾ. ਸੋ ਕੀ ਮੁੰਡਾ ਵੀ ਜਿਹੜਾ ਕਿ ਉਹਨੂੰ ਇੰਟਰੋਡਿਊਸ ਕਰ ਰਿਹਾ ਆਪਣੀ ਫੈਮਿਲੀ ਦੇ ਵਿੱਚ, ਉਹ ਐਂਡ ਦੈਨ ਪੂਰੀ ਤਰ੍ਹਾਂ ਰਿਸਪੈਕਟ ਪੇਰੈਂਟਸ ਦੀ ਆਪ ਵੀ ਕਰੇ ਅਤੇ ਕੁੜੀ ਤੋਂ ਵੀ ਐਕਸਪੈਕਟ ਕਰ ਰਿਹਾ, ਔਰ ਉਹ ਕਨਵੇ ਚੰਗੀ ਤਰ੍ਹਾਂ ਕਰੇ ਕਿ ਉਹ ਕੀ ਐਕਸਪੈਕਟ ਕਰ ਰਿਹਾ. ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈ, ਇਹ ਕਿਸ ਤਰ੍ਹਾਂ ਤੁਸੀਂ ਯੂ ਨੋ ਕੀ ਟਿਪਸ ਦਿਓਗੇ? ਅਸੀਂ ਬੜੇ ਸਾਰੇ ਐਕਸਪੀਰੀਅੰਸ, ਬੜੇ ਬੜੇ ਸਾਲਾਂ ਦੇ ਵਿਆਹੇ ਹੋਏ, ਕੋਈ ਯੂ ਨੋ ਹੋਰ ਐਕਸਪੀਰੀਅੰਸਿਸ ਜਿਹੜੇ ਹੈਗੇ ਹੈ, ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਮੁਸ਼ਕਿਲ ਨਾਲ ਸਿੱਖਿਆ, ਯੂ ਨੋ ਹਾਰਡ ਵੇ, ਵੀ ਲਰਨਡ ਇਟ ਹਾਰਡ ਵੇ, ਕਿ ਅਸੀਂ ਪਹਿਲੇ ਔਖੇ ਹੋਏ ਇਸ ਗੱਲ 'ਚ, ਫਿਰ ਅਸੀਂ ਸਿੱਖਿਆ. ਸੋ ਬੈਟਰ ਹੈ ਕਿ ਆਪਣੇ ਐਕਸਪੀਰੀਅੰਸਿਸ ਸ਼ੇਅਰ ਕਰੀਏ, ਤਾਂ ਕਿ ਹੋ ਸਕਦਾ ਕੋਈ ਜਿਹੜਾ ਹੈ ਉਹ ਹਾਰਡ ਵੇ 'ਚੋਂ ਨਿਕਲੇ ਬਿਨਾਂ ਇਸ ਚੀਜ਼ ਨੂੰ ਸਿੱਖ ਜਾਏ. ਸੋ ਅੱਜ ਦਾ ਗੋਲ ਉਹੀ ਹੈ, ਜ਼ਰੂਰ ਕਾਲ ਕਰੋ ਐਂਡ ਲੈਟ ਮੀ ਸੀ ਸਾਰੇ ਕੀ ਕਹਿੰਦੇ ਆ, ਐਂਡ ਦੈਨ ਨਾਲ ਨਾਲ ਸਭ ਨੂੰ ਇਨਵਾਈਟ ਕਰ ਰਹੇ ਹਾਂ, ਯੰਗਸਟਰਸ ਐਂਡ ਪੀਪਲ ਹੂ ਆਰ ਮੈਰਿਡ ਫੋਰ ਅ ਲੋਂਗ ਟਾਈਮ. ਸੋ ਲੈਟ ਸੀ ਸਾਰੇ ਕੀ ਕਹਿੰਦੇ ਨੇ. ਮੈਂ ਪਹਿਲੀ ਕਾਲ ਹੀ ਲੈ ਲੈਂਦੀ ਹਾਂ ਆਪਣੀ. ਹੈਲੋ. ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਸੁਦਰਸ਼ਨ ਜੀ. ਹਾਏ ਰਿਨ, ਕੀ ਹਾਲ ਹੈ? ਬਹੁਤ ਬੜੀਆ ਸੁਦਰਸ਼ਨ ਜੀ, ਥੈਂਕ ਯੂ ਕਿ ਆਪਨੇ ਕਾਲ ਕੀਤਾ. ਮੈਂ ਕੱਲ ਮਿਸ ਕਰ ਗਈ ਸੀ, ਅੱਜ ਮੈਂ ਕਿਤੇ ਗਈ ਸੀ ਤੇ ਮੈਂ ਦੌੜੀ ਉੱਥੋਂ, ਮੈਂ ਜਦੋਂ ਟਾਈਮ ਦੇਖਿਆ ਆਪਣੀ ਗੱਡੀ 'ਚ 2 ਵੀ ਹੋ ਗਏ ਸਨ, ਮੈਂ ਕਿਹਾ ਮਾਰੋ ਗੋਲੀ ਸ਼ਾਪਿੰਗ ਨੂੰ, ਲੈਟਸ ਮੀ ਗੋ. ਓ ਆਈ ਐਮ ਸੋ, ਮੇਰਾ ਮਿਸ ਹੋ ਜਾਏ. ਥੈਂਕ ਯੂ ਸੋ ਮਚ, ਆਈ ਰੀਲੀ ਰੀਲੀ ਐਪਰੀਸ਼ੀਏਟ ਦਿਸ. ਔਰ ਤੁਹਾਨੂੰ ਪਤਾ ਹੈ ਕਿ ਅੱਜ ਤੁਹਾਡੀ ਜਿਹੜੀ ਐਡਵਾਈਸ ਹੈ ਸਾਨੂੰ ਚਾਹੀਦੀ ਵੀ ਬੜੀ ਜ਼ਰੂਰੀ ਹੈ. ਓ ਥੈਂਕ ਯੂ, ਥੈਂਕ ਯੂ. ਯੂ ਹਰਡ ਵਾਟ ਵੀ ਆਰ ਟ੍ਰਾਈਂਗ ਟੂ ਡਿਸਕਸ ਹੇਅਰ, ਕਿਉਂਕਿ ਸੁਦਰਸ਼ਨ ਜੀ, ਲਾਈਕ ਆਈ ਵਿਲ ਟੇਕ ਅ ਮਿਨਟ ਕਿ ਟੂ ਇਲੈਬੋਰੇਟ ਕਿ ਇਹ ਚੀਜ਼ਾਂ ਬੜੀਆਂ ਜ਼ਰੂਰੀ ਹੈ ਕਿ ਅਸੀਂ ਇਸ ਚੀਜ਼ ਬਾਰੇ ਇਸ ਮੰਚ ਵਿੱਚ ਗੱਲ ਕਰੀਏ. ਜ਼ਰੂਰ, ਬਹੁਤ ਜ਼ਰੂਰੀ ਹੈ ਜੀ. ਹਰ ਕਿਸਮ ਦੇ ਟੌਪਿਕ ਤੁਸੀਂ ਲੈ ਆਉਂਦੇ ਹੋ ਔਰ ਬੜੀ ਅੱਛੀ ਗੱਲ ਹੈ ਜੀ. ਸਾਰੇ ਸੋਸ਼ਲ ਟੌਪਿਕ ਨੇ ਔਰ ਸਾਨੂੰ ਸਮਝਣਾ ਚਾਹੀਦਾ ਔਰ ਆਪਣੀ ਰਾਏ ਦੇਣੀ ਚਾਹੀਦੀ ਹੈ ਜੀ. ਸੌਰੀ, ਕਿਤੇ ਨਾ ਕਿਤੇ ਤੇ ਅਸਰ ਕਰਦੀ ਹੈ ਜੀ. ਜੀ ਜੀ, ਬਿਲਕੁਲ. ਸੋ ਤੁਹਾਨੂੰ ਕੀ ਲੱਗਦਾ ਜੇ ਮੁੰਡਾ ਵਿੱਚ ਹੈ, ਜ਼ਿਆਦਾਤਰ ਅਸੀਂ ਮੁੰਡਾ ਵਿੱਚ ਗੱਲ ਕਰੀਏ ਔਰ ਅਫਕੋਰਸ ਕੁੜੀਆਂ ਦੀ ਵੀ, ਕਿ ਉਹਦਾ ਕੀ ਰੋਲ ਹੈ, ਉਹ ਕੀ ਕਰਨਾ ਚਾਹੀਦਾ ਉਹਨੂੰ? ਅਸੀਂ ਬਲੇਮ ਕਰ ਲੈਣੇ ਆ ਲੜਕੇ ਨੂੰ, ਬਲੇਮ ਕਰ ਦਿੰਨੇ ਆ ਕਿ ਉਹਨੇ ਠੀਕ ਤੇ ਰੱਖਿਆ ਨਹੀਂ ਜਾਂ ਆਪਣੀ ਰਿਸਪੈਕਟ ਨਹੀਂ ਕੀਤੀ. ਇਹ ਦੋਨੋਂ ਤਰਫ ਦੀ ਗੱਲ ਹੈ. ਉਹ ਹਰ ਇੱਕ ਨੂੰ, ਆਪਣੀ ਬੀਵੀ ਨੂੰ ਔਰ ਆਪਣੀ ਫੈਮਿਲੀ ਨੂੰ, ਉਹਦੀ ਬੀਵੀ ਦੀ ਫੈਮਿਲੀ ਨੂੰ ਅਗਰ ਬੈਲੈਂਸ ਤਰੀਕੇ ਨਾਲ ਰੱਖੇ, ਦੋਨਾਂ ਦੀ ਰਿਸਪੈਕਟ ਕਰੇ, ਤੇ ਕੁਛ ਵੀ ਨਹੀਂ ਹੁੰਦਾ. ਔਰ ਮੈਂ ਅੱਜ ਕੱਲ ਜਿਹੜੀ ਚੀਜ਼ ਹੈ ਇਹ ਹੋ ਰਹੀ ਹੈ, ਅੱਜ ਕੱਲ ਬੱਚੇ ਕਰਦੇ ਨੇ. ਉਹ ਜ਼ਮਾਨਾ ਨਹੀਂ ਹੈ ਪੁਰਾਣੇ ਵਾਲਾ ਜਿਹਦੇ ਵਿੱਚ ਕਿ ਤੂੰ ਸੱਸ ਹੈ ਤੇ ਤੂੰ ਸੱਸ ਹੀ ਰਹਿਣਾ. ਹੁਣ ਪਿੱਛੇ ਮੈਂ ਫੇਸਬੁੱਕ ਤੇ ਪੜ੍ਹ ਰਹੀ ਸੀ, ਕਿਹੜੇ ਕਿਸ ਜਗ੍ਹਾ ਦੀ ਸ਼ਹਿਰ ਦਾ ਨਾਮ ਸੀ, ਕਿ ਸੱਸ ਨੇ ਆਪਣੀ ਆਪਣੀ ਨੂੰਹ ਨੂੰ ਕਿਡਨੀ ਦੇ ਦਿੱਤੀ ਉਹਨੂੰ ਬਚਾਉਣ ਵਾਸਤੇ, ਕਿਉਂਕਿ ਉਹਦੀਆਂ ਦੋਨੋਂ ਕਿਡਨੀਆਂ ਫੇਲ ਹੋ ਗਈਆਂ ਸਨ. ਤੇ ਉਹਨੇ ਕਿਹਾ ਕਿ ਕਿਡਨੀ ਮੇਰੀ ਲੈ ਲੈ ਔਰ ਉਹਨੂੰ ਉਹਨੂੰ ਜਾਨ ਦੇ ਦਿੱਤੀ. ਆਈ ਸੈਲੂਟ ਟੂ ਦੈਟ ਲੇਡੀ. ਉਹ ਵੀ ਤਾਂ ਫਿਰ ਸੱਸ ਹੈ ਨਾ, ਕਿਉਂਕਿ ਸਾਰੇ ਬੁਰੇ ਨਹੀਂ ਹੁੰਦੇ, ਸਾਰੇ ਅੱਛੇ ਨਹੀਂ ਹੁੰਦੇ. ਡਿਪੈਂਡ ਕਰਦਾ ਕਿ ਅਸੀਂ ਕਿਸ ਤਰ੍ਹਾਂ ਕਰਨਾ. ਅਰਵਿੰਦ ਜੀ, ਯਕੀਨ ਮੰਨੋ, ਮੈਂ 20-22 ਸਾਲ ਤੋਂ ਰਹਿ ਰਹੀ ਹਾਂ ਆਪਣੀ ਇਸ ਬੱਚੀ ਦੇ ਨਾਲ. ਕਮੀਆਂ ਹੁੰਦੀਆਂ ਹਰ ਇੱਕ 'ਚ ਹੁੰਦੀਆਂ. ਆਫਕੋਰਸ, ਅੱਜ ਤੱਕ ਮੈਂ ਆਪਣੇ ਬੇਟੇ ਨੂੰ ਕਦੀ ਉਹਦੀ ਸ਼ਿਕਾਇਤ ਨਹੀਂ ਲਗਾਈ. ਕਦੀ ਦੱਸ ਦੇਵੇ ਕਿ ਕਦੀ ਕੋਈ ਸ਼ਿਕਾਇਤ ਲਗਾਈ ਹੋਵੇ, ਨਾ, ਸਵਾਲ ਹੀ ਨਹੀਂ ਉੱਠਦਾ. ਮੈਂ ਆਪਣੇ ਆਪ 'ਚ ਖਤਮ ਕਰ ਦਿੰਦੀ ਹਾਂ, ਉਸ ਗੱਲ ਨੂੰ ਖਤਮ ਕਰ ਦਿੰਦੀ ਹਾਂ. ਜੀ ਜੀ ਜੀ, ਵਧਾਉਣਾ ਹੀ ਨਹੀਂ. ਬੱਚੇ ਨੂੰ ਤਰੀਕੇ ਨਾਲ ਸਮਝਾ ਦਿਓ ਕਿ ਠੀਕ ਨਹੀਂ ਸੀ ਲੱਗੀ ਇਹ ਗੱਲ, ਆਈ ਦੱਸਣੀ ਹੋਣੀ ਚਾਹੀਦੀ. ਦੈਟਸ ਆਲ. ਹਾਂ, ਬਹੁਤ ਵਧੀਆ, ਬਹੁਤ ਹੀ ਗ੍ਰੇਟ ਇਹ ਸੁਜੈਸ਼ਨ ਹੈਗੀ ਹੈ ਕਿ
ਉਹਨਾਂ ਨੂੰ ਪਾਓ ਨਾ ਵਿੱਚ, ਪਰ ਦੂਜੇ ਪਾਸੇ ਜਿਵੇਂ ਅਸੀਂ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਥੋੜ੍ਹਾ ਜਿਹਾ ਮੈਨੂੰ ਉਹ ਵੀ ਯੂ ਨੋ ਚਾਨਣਾ ਪਾਓ ਕਿ ਤੁਹਾਡੇ ਬੇਟੇ ਦਾ ਉਹਦੇ ਵਿੱਚ ਕੀ ਰੋਲ ਹੈ ਕਿ ਤੁਹਾਡਾ ਤੇ ਨੂੰਹ ਦਾ ਅੱਛਾ ਰਿਸ਼ਤਾ ਹੈ। ਹਾਂਜੀ, ਉਹਦੇ ਬਹੁਤ ਅੱਛੇ, ਬਹੁਤ ਬਹੁਤ ਰਿਸਪੈਕਟ ਕਰਦਾ, ਬਹੁਤ ਰਿਸਪੈਕਟ ਕਰਦਾ ਉਹਨਾਂ ਦੀ, ਜਿੱਥੇ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਕਰਦਾ, ਜਿੱਥੇ ਜਾਣਾ ਹੁੰਦਾ ਜਾਂਦਾ, ਅਤੇ ਜਿਸ ਤਰ੍ਹਾਂ ਉਹ ਇਸ ਇਹਦਾ ਉਹਦੀ ਵਜ੍ਹਾ ਇਹ ਹੀ ਹੈ ਕਿ ਉਹਦੀ ਜਿਹੜੀ ਵਾਈਫ ਹੈ ਮੇਰੀ ਔਰ ਮੇਰੇ ਰਿਸ਼ਤੇਦਾਰਾਂ ਦੀ ਇੰਨੀ ਰਿਸਪੈਕਟ ਕਰਦੀ ਹੈ। ਮੇਰੇ ਕੱਲ੍ਹ ਮਹਿਮਾਨ ਆਉਣ ਵਾਲੇ ਨੇ, ਮੇਰੇ ਨਨਾਣ ਦੀ ਲੜਕੀ ਆਉਣ ਵਾਲੀ, ਉਹਦਾ ਘਰ ਵਾਲਾ ਆਉਣ ਵਾਲਾ, ਔਰ ਮੈਂ ਆਪਣੇ ਡਾਟਰ ਨਾਲ ਉਹਨੇ ਕੁਛ ਕਿਹਾ ਤੂੰ ਇਹ ਲਿਆ ਉਹ ਲਿਆ, ਹਰ ਕਿਸਮ ਦੀ ਉਹ ਗਰੋਸਰੀ ਲਿਆ ਕੇ ਉਸ ਕੁੜੀ ਨੇ ਰੱਖੀ, ਹਰ ਕਿਸਮ ਦਾ ਉਹਨੇ ਆਪਣਾ ਕਮਰਾ ਸਾਫ਼ ਕਰਕੇ ਰੱਖਿਆ, ਸਮਾਨ ਸੈੱਟ ਕਰਕੇ ਰੱਖਿਆ। ਉਹਦਾ ਕੀ ਮਤਲਬ ਇਹ ਹੀ ਹੈ ਨਾ ਕਿ ਅਗਰ ਉਹਦੇ ਪੇਰੈਂਟਸ ਦੀ ਇੱਜ਼ਤ ਕਰਦਾ ਤਾਂ ਉਹ ਸਿੱਖ ਗਈ ਕਿ ਮੈਂ ਵੀ ਇਹਦੇ ਰਿਸ਼ਤੇਦਾਰਾਂ ਦੀ ਇੱਜ਼ਤ ਕਰਨੀ। ਜੀ ਜੀ ਜੀ, ਬਹੁਤ ਵਧੀਆ, ਬਹੁਤ ਵਧੀਆ। ਸੋ ਮਤਲਬ ਮੋਰ ਔਰ ਲੈਸ ਅਸੀਂ ਕਹਿ ਸਕਦੇ ਹਾਂ, ਭਾਵੇਂ ਇਟ ਸਾਊਂਡਸ ਨਾਟ ਦੈਟ ਗ੍ਰੇਟ, ਬਟ ਦੈਟ ਇਜ਼ ਲਾਈਫ, ਕਿ ਜੇ ਤੁਸੀਂ ਕਰਦੇ ਹੋ ਤੇ ਤੁਹਾਨੂੰ ਵਾਪਸ ਮਿਲਦਾ ਹੈ। ਮਿਲਦਾ ਹੈ, ਹਾਂ, ਮੇਰਾ ਤਾਂ ਖਿਆਲ ਤੇ ਇਹੀ ਹੈ। ਜੀ ਬਿਲਕੁਲ, ਤੁਸੀਂ ਕਰੋ, ਅਗਲਾ ਆਪਣੇ ਆਪ ਸਿੱਖ ਜਾਂਦਾ ਹੈ। ਅਗਲਾ ਕਿਤਨਾ ਵੀ ਰੂਡ ਹੋਵੇ, ਉਹਨੂੰ ਕਿਸੇ ਨਾ ਕਿਸੇ ਗਿਲਟੀ ਫੀਲ ਕਰਦਾ ਕਿ ਨਹੀਂ ਇਹਨੇ ਕੀਤੀ ਹੈ ਤੇ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਆਪਣੇ ਆਪ ਕੁਛ ਸਿੱਖਾਂ ਆ ਜਾਂਦੀਆਂ ਨੇ, ਸਿਖਾਉਣ ਦੀ ਜ਼ਰੂਰਤ ਨਹੀਂ ਹੁੰਦੀ। ਬਹੁਤ ਵਧੀਆ, ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਡਿਊਰਿੰਗ ਦ ਸ਼ੋਅ ਆਲਸੋ ਕੁਝ ਹੋਰ ਧਿਆਨ ਆਏ ਜ਼ਰੂਰ ਕਾਲ ਅਸ, ਬਾਕੀ ਨੂੰ ਸੁਣਨੇ ਆ, ਅਗਰ ਉਹਦੇ ਤੋਂ ਕੁਝ ਹੋਰ ਆਈਡੀਆ ਮਿਲਦਾ ਤਾਂ ਆਈ ਵਿਲ। ਥੈਂਕ ਯੂ ਸੋ ਮਚ। ਸੋ ਬਿਲਕੁਲ ਜਿਸ ਤਰ੍ਹਾਂ ਕਹਿ ਰਹੇ ਕਿ ਇੱਕ ਟੂ ਐਂਡ ਯੂ ਨੋ ਇਟਸ ਅ ਗਿਵਿੰਗ ਐਂਡ ਐਕਸਚੇਂਜਿੰਗ ਪ੍ਰੋਗਰਾਮ, ਰਿਸ਼ਤੇ, ਇਮੋਸ਼ਨਸ, ਲਵ, ਠੀਕ ਹੈ, ਵਨ ਸੈਲਫਲੈਸ ਹੋਣਾ ਚਾਹੀਦਾ, ਪਰ ਇੱਕ ਰਿਸਪੈਕਟ, ਇੱਕ ਰਿਸ਼ਤਾ ਬਣਦਾ ਹੈ ਕਿ ਹਾਂ। ਔਰ ਨਾਲ ਹੀ ਜਿਸ ਤਰ੍ਹਾਂ ਸੁਦਰਸ਼ਨ ਨੇ ਕਿਹਾ ਕਿ ਮਾਡਲਿੰਗ ਵੀ ਹੈ, ਜੋ ਤੁਸੀਂ ਕਰਕੇ ਦਿਖਾ ਰਹੇ ਹੋ ਤੁਸੀਂ ਉਹਨੂੰ ਵੀ ਦੱਸ ਰਹੇ ਹੋ ਕਿ ਦਿਸ ਇਜ਼ ਹਾਊ ਆਈ ਵਾਂਟ ਟੂ ਬੀ ਟ੍ਰੀਟਡ ਟੂ। ਸੋ ਦਿਸ ਇਜ਼ ਅ ਐਕਸਲੈਂਟ ਐਂਡ ਦ ਬੈਸਟ ਵੇ ਕਿ ਤੁਸੀਂ ਜੋ ਕਰੋਗੇ ਉਹੀ ਤੁਹਾਨੂੰ ਵਾਪਸ ਵੀ ਮਿਲੇਗਾ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ, ਕਮ ਬੈਕ, ਤੁਸੀਂ ਸਾਰੇ ਕਾਲ ਕਰਕੇ ਆਪਣੀ ਗੱਲ ਜ਼ਰੂਰ ਕਹੋ।